ਅਸਲਾਮ ਵਾਲੇਕੁਮ ਜੀ, ਕਿਆ ਹਾਲ ਚਾਲ ਹੈ? ਤਬੀਅਤ ਸਿਹਤ ਠੀਕ ਹੈ? ਮੈਂ ਉਮੀਦ ਕਰਦਾ ਤੁਹਾ ਬਿਲਕੁਲ ਠੀਕ ਠਾਕ ਖੈਰਤ ਦੇ ਨਾਲ ਹੋ ਸੋ। ਅਤੇ ਦੋਸਤੋ, ਸਾਡੀ ਬੱਕਰੀ ਖੜੀ ਵੇ ਸਵੇਲੇ ਸਵੇਲੇ ਨਾ ਗਾਹ ਖਾਂਦੀ ਖੜੀ ਹੈ। ਅਤੇ ਅੱਲਾ, ਅਤੇ ਯਾਰ ਮੇਰਾ ਜਿਹੜਾ ਟੜਕਾ ਹੈ ਨਾ ਟੜਕਾ, ਅਤੇ ਮੇਰਾ ਅਸੀਲ ਹੀ ਰਾਵਤ ਦੇਵੇ ਛੋਟਾ, ਅਤੇ ਇਹ ਬਿਆਵਤ ਦੇ ਸ਼ਾਂਗਰਿਆ। ਅਤੇ ਯਾਰ ਟੜਕਾ ਜਿਹੜਾ ਹੈ ਨਾ ਉੱਤੇ ਖੜ ਵੈਂਦੇ ਅਤੇ ਤਲੇ ਆ ਨਹੀਂ ਸਕਦਾ, ਕੁਮਾ ਲਵਾ ਕੇ ਨਾ ਹੇਠ ਆਵੇ ਮਰਕਾ। ਤੇ ਦੋਸਤੋ ਇਹ ਜਿਹੜੇ ਨਾ ਉੱਤੇ ਚੜ ਖੜਦੇ ਨਾ, ਬਲਾ ਉੱਤੋਂ ਤਲੇ ਆ ਨਹੀਂ ਸਕਦਾ, ਇਹਦੇ ਪੇਰਾਂ ਦੇ ਵਿੱਚ ਧੱਕ ਲੱਗਦੇ ਨਾ, ਹੀ ਵਾਸਤੇ ਉੱਤੇ ਖੜਾ ਹੁੰਦਾ ਅਤੇ ਬਲਾ ਹੀ ਕੋ ਪਕੜਦੇ ਨਾ ਹੇਠ ਲਾਉਣਾ ਪਾਉਂਦੇ। ਅਤੇ ਇਹ ਹੀ ਦੀ ਮਾਦੀ ਖੜੀ ਹੈ ਪੰਜਵੇਂ। ਅਤੇ ਦੇਖੋ ਸ਼ਾਬਾਸ਼, ਮਾਦੀ ਨਾਲ ਗੱਪਾਂ ਛੱਪਾਂ ਲਾ, ਅਤੇ ਹੁਣੇ ਲਾਥੇ ਅਸੀਂ ਸਵੇਲੇ ਦਾ ਨਾ ਉੱਤੇ ਖੜਾ ਤਿਆ। ਅਤੇ ਬਿਆਂ ਜਿਹੜੀਆਂ ਮੁਰਗੀਆਂ ਨਾ, ਸਾਡਾ ਅਸੀਲ ਹੀਰਾ ਛੋਟਾ, ਦੇਖੋ 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 ਸੰਗਤ ਯਾਰ, ਡਰਦਾ ਘਾਟ ਪਏ ਥੋੜ੍ਹਾ ਜਾਣਾ ਗਰੀਬ ਠੀਕ ਹੈ, ਅਤੇ ਮਾਲਕ ਜਮਦਾ ਹੈ। ਦੇਖ ਵਿੜਨ ਸਿੱਖ ਵੇ, ਲੜਾਈ ਕਰਨ ਸਿੱਖਦਾ ਵਾ, ਅਤੇ ਲੜਦੇ ਵੇ ਬਾਈ। ਇਹ ਦੇਖੋ ਹੈ ਲੈ। ਅਤੇ ਦੋਸਤੋ ਸਾਰੀਆਂ ਮੁਰਗੀਆਂ ਯਾਰ ਚੱਕੋਰਾਂ ਪਤਾ ਨਹੀਂ ਕਿੱਡੂ ਆ ਗਏ, ਇਹ ਨਾ ਮੁਰਗੀਆਂ ਸਾਰੀਆਂ ਕੋ ਮਰਿੰਦੀਆਂ ਰਾਜ ਵੇਂ ਹਲਾ। ਅਤੇ ਯਾਰ ਇੱਥਾਂ ਕਰ, ਇਹ ਜਿਹੜੇ ਉੱਤੋਂ ਅੰਡੇ ਪਾਣੀ ਤਾਂ ਮੁਰਗੀ ਨੇ ਆਰਾ ਕਹਿ ਨਹੀਂ ਕੀਤਾ, ਅਤੇ ਇਹ ਅੰਡੇ ਇਵੇਂ ਪੈਣ ਥਾ, ਅਤੇ ਇੱਥਾਂ ਬੈਠੀ ਵੇ ਹਿਕੜੀ ਮੇਰੀ ਕਬੂਤਰੀ, ਅਤੇ ਹਿੰਦੇ ਅੰਡੇ ਇਹਨਵੇ, ਅਤੇ ਇਹ ਮੇਰੀ ਬੇਬੋ ਦੇ ਬੱਚੇ ਇਹਨਵੇ ਛੋਟੇ, ਸਾਰੇ ਬਾਹਰ ਆਉਂਦੇ ਪੰਨ, ਅਤੇ ਇਹ ਨੇ ਬੇਬੋ ਦੇ ਬੱਚੇ ਕਿਤਨੇ ਨੇ, ਪੰਜ ਬੱਚੇ, ਅਤੇ ਹਿੰਦੇ ਬੱਚੇ ਹਨ ਵੇ ਅੱਠ ਤਰ੍ਹਾਂ ਦੇ ਬੱਚੇ ਜਿਹੜੇ ਨੇ ਉਹ ਬਿਮਾਰੀ ਦੇ ਵਿੱਚ ਮਰ ਗਏ ਹਨ, ਅਤੇ ਪੰਜ ਬੱਚੇ ਨਾ ਹੁਣ ਬਾਕੀ ਹਨ ਸੀ। ਅਤੇ ਮਾਸ਼ਾਅੱਲਾ ਕਬੂਤਰ ਜਿਹੜੇ ਨਾ ਮੇਰੇ, ਇਹ ਸਾਰੇ ਬਾਹਰ ਨਿਕਲਦੇ ਖੜੇ ਨਾ ਅੱਜ ਯਾਰ, ਸਾਹਮਣੇ ਨਾ ਹਿਕੜਾ ਅੰਡਾ ਪਏ, ਪਤਾ ਨਹੀਂ ਕਿਹੜੀ ਮੁਰਗੀ ਦੇ ਗਈ ਹੈ। ਤਾਂ ਉਹ ਦੇਖੋ ਉਹ ਜੋ ਸਾਹਮਣੇ ਹਿਕੜਾ ਅੰਡਾ ਪਏ, ਪਤਾ ਨਹੀਂ ਕਿਹੜੀ ਮੁਰਗੀ ਨੇ ਅੰਡਾ ਲਾਤੇ, ਪਤਾ ਕਹਿੰਦੀ ਯਾਰ। ਅਤੇ ਇੱਥਾਂ ਕਿਆ ਹੈ ਦੇਖੋ ਵੇ, ਇਹਦੇ ਤਲੂ ਕਬੂਤਰ ਪਾਏ ਵੇ, ਅਤੇ ਤੁਸਾਂ ਕਦੇ ਹੀ ਨਾ ਠਾਉਤੀ ਵੇ, ਇਹ ਦੇਖੋ, ਅਤੇ ਇਹ ਨਰ ਮਾਦੀ ਦੂਹੇ ਪਾਏ ਵੇ, ਹੁਣ ਤਾਂ ਕੁੜੀ ਖਾਵਾਂ ਮੈਂ। ਇੱਥਾਂ ਕਿਆ ਹੈ ਵੇ, ਇਹ ਇਹ ਦੇਖੋ ਇਹ ਨਰ ਮਾਦੀ ਦੂਹੇ ਤਲੇ ਪਾਲ ਵੇ, ਇਤਲੇ ਮਟਕੇ ਦੇ ਵਿੱਚ ਵੇਖੇ ਜੀ ਕਿਸੇ ਹੁੰਦੇ ਕਬੂਤਰ ਹੋਏ, ਇੱਥਾਂ ਵੜ ਗਾਂਦੇ ਦੂਏ ਕਬੂਤਰ ਦੀ ਬਾਡੀ ਦੇਖੋ, ਕਬੂਤਰੀ ਦੇਖੋ ਦੂਏ, ਇੱਥਾਂ ਬੜੀ ਪਾ ਇਤਲੇ ਮਟਕੇ ਦੇ ਵਿੱਚ। ਅਤੇ ਦੋਸਤੋ ਵਿਆਹ ਸੁਣਾਓ, ਕਿਆ ਹਾਲ ਚਾਲ ਹੈ ਮੁਰਗੀਆਂ ਮੁਰਗੀਆਂ ਦੇ? ਅੱਜ ਨਾ ਯਾਰ ਕੱਲ੍ਹ ਤੋਂ ਮੌਸਮ ਅੱਜ ਵਾਲਾ ਜ਼ਿਆਦਾ ਜੋੜ ਥਿਆ ਖੜੇ, ਕੱਲ੍ਹ ਅੰਨਾ ਥੋੜ੍ਹਾ ਜਿਹਾ ਘਾਟਾ ਬਾਅਦ ਦੇ ਨਾ ਧੁੱਪ ਵਗੈਰਾ ਨਿਕਲ ਆਈ, ਅਤੇ ਅੱਜ ਜਿਹੜਾ ਨਾ ਜ਼ਿਆਦਾ ਜੋੜ ਥਿਆ ਖੜੇ, ਅੱਜ ਲੱਗਦੇ ਮੇਰੀ ਮੱਛੀ ਨਹੀਂ ਕਹਿਣਾ ਚੱਲ ਸੀ, ਕਿਉਂ ਜੋ ਉਹ ਸੋਲਰ ਪਲੇਟਾਂ 'ਤੇ ਚਲਦੀ ਰਹਿ ਜਾਂਦੀ ਨਾ ਜੋੜ ਦੀ ਵਜ੍ਹਾ ਕਰਕੇ, ਇਹ ਯਾਰ ਇੱਥਾਂ ਵੀ ਹਿਕੜਾ ਅੰਡਾ ਪਾਏ ਥਿਆ, ਮੇਰੀ ਦੋ ਮੁਰਗੀਆਂ ਨੇ ਅੰਡੇ ਲਾਥੇ ਨੇ, ਹਿਕੜਾ ਉਦੇ ਪਾਏ ਥਿਆ, ਹਿਕੜਾ ਇਹ ਅੰਡਾ ਪਾਏ ਥਿਆ, ਪਤਾ ਨਹੀਂ ਕਿਹੜੀ ਮੁਰਗੀ ਨੇ ਲਾਥੇ। ਅਤੇ ਇੱਥਾਂ ਕਰ ਮੇਰੇ ਤਰਾਏ ਕਬੂਤਰ ਬੈਠਣ ਇੱਕ ਜੰਗਲੀ 'ਤੇ ਬਿਆ, ਇਹ ਅੰਡਾ ਵੀ ਪਾਇਆ ਥਿਆ, ਤਰਾਏ ਦੋ ਅੰਡੇ ਪਾਏ, ਪਤਾ ਨਹੀਂ ਕਿਹੜੀ ਕਿਹੜੇ ਮੁਰਗੀਆਂ ਨੇ ਅੰਡੇ ਲਾਥੇ, ਤਾਂ ਇਹਨਾਂ ਦੀ ਜਾਂਚ ਕਰਨੀ ਪਊਦੀ। ਹੁਣ ਜਿਹੜੀਆਂ ਨਾ ਮੌਸਮ ਠੀਕ ਸੀ, ਅਤੇ ਹੁਣ ਇਹਨਾਂ ਕੋਲ ਅੰਡੀਆਂ 'ਤੇ ਮੈਂ ਬਿਲਾ ਦੇ ਸਾਂ ਮੁਰਗੀਆਂ ਕੋਲ, ਠੀਕ ਹੈ? ਪਹਿਲੇ ਕਹਿਣਾ ਬਿਲਾਇਆ ਹਨ, ਤਾਂ ਸਾਰੇ ਅੰਡੇ ਜਿਹੜੇ ਨੇ ਮੁਰਗੀਆਂ ਦੇ ਮੈਂ ਲੰਬ ਛੋੜਿਆ, ਅਤੇ ਕੁਝ ਪਕਾਏ ਹਨ, ਅਤੇ ਹੀ ਵਾਸਤੇ ਨਾ ਹੁਣ ਜਿਹੜੇ ਨਾ ਸਾਰੇ ਕੋਲ ਨਾ ਅੰਡੇ ਦੇ ਉੱਤੇ ਮੈਂ ਬਿਲਹੇ ਸਾਂ, ਕਿਉਂ ਜੋ ਹੁਣ ਮੌਸਮ ਠੱਡੀ ਥੀ ਹੈ, ਅਤੇ
ਕਿਉਂਕਿ ਜਿਹੜੇ ਵੇਲੇ ਨਾ ਸਾਵਣ ਮਹੀਨਾ ਲੱਗਦੇ ਨਾ ਬਾਅਦ ਵਿੱਚ ਇਹਨਾਂ ਦੇ ਬੱਚੇ ਨਿਕਲਦੇ ਹਨ। ਹੁਣ ਕਿਉਂਕਿ ਸਾਵਣ ਮਹੀਨਾ ਸ਼ੁਰੂ ਥੀਂਦਾ ਪਏ ਤਕਰੀਬਨ 5-8 ਦਿਨ ਰਹਿ ਗਏ ਅਤੇ ਵਾਲਾ ਇਹਨਾਂ ਦੇ ਨਾ ਬੱਚੇ ਠੀਕ ਠਾਕ ਅਤੇ ਸਾਰੇ ਨਿਕਲ ਸਨ ਅਤੇ ਇੰਨੇ ਕੋਲ ਅੰਡੇ ਦੇ ਉੱਤੇ ਜ਼ਰੂਰ ਮਿਲੇ ਸਾਂ। ਤਾਂ ਇਹ ਮੁਰਗੀ ਵੀ ਹਿਕੜੀ ਮੇਰੀ ਅੰਡਿਆਂ ਦੇ ਤਿਆਰ ਸੀ, ਪਤਾ ਨਹੀਂ ਅੰਡੇ ਲਾਥਨ, ਪਤਾ ਨਹੀਂ ਕਿਹੜੀ ਮੁਰਗੀ ਲਾਥਨ। ਇਹਨਾਂ ਦੀ ਅੱਜ ਜਾਂਚ ਕਰਨੀ ਪੁੱਤ, ਜਿਹੜੀ ਮੁਰਗੀ ਨੇ ਅੰਡੇ ਲਿੱਤੇ ਨਾ ਇਹਨੇ ਕੋਲ ਅੰਡਿਆਂ 'ਤੇ ਮੈਂ ਬਿਲਹਾ ਦੇ ਸਾਂ। ਅਤੇ ਬਾਕੀ ਜਿਹੜੀਆਂ ਮੇਰੀਆਂ ਮੁਰਗੀਆਂ ਹਨ ਸਾਰੀਆਂ ਮਾਸ਼ਾ ਅੱਲਾ ਠੀਕ ਵੱਜਣ ਥੀਆਂ ਅਤੇ ਇੱਥਾਂ ਕਰ ਬੈਠੀਆਂ ਥੀਆਂ। ਇਹ ਦੇਖੋ ਇਹੀ ਕੁ ਤਾਂ ਇਹ ਕੁੜਕ ਥਾਈ ਵਧੀ ਹੈ, ਪਹਿਲੇ ਹੀ ਅੰਡੇ ਲਾਥੇ ਹਨ, ਹੁਣੇ ਪਤਾ ਨਹੀਂ ਅੰਡੇ ਕਹਿੰਦੀ ਪਈ ਲੈਂਦੀ। ਅਤੇ ਛੋਟਾ ਬੱਚਾ ਅਤੇ ਬੀਆਂ ਜਿਹੜੀਆਂ ਹਨ ਇਹ ਖੜੇ ਨੇ ਉੱਤੇ ਮੇਰੀਆਂ ਮੁਰਗੀਆਂ ਛੋਟੀਆਂ ਛੋਟੀਆਂ। ਅਤੇ ਇਹ ਯਾਰ ਬਿਲੇਕਨ ਮੁਰਗੀ ਨਾ ਮੇਰੀ, ਇਹ ਜਾਗੀਰ ਮੁਰਗੀ ਦਾ ਹੀ ਅੰਡੇ ਕਹਿ ਨਹੀਂ ਲਾਥੇ। ਤਾਂ ਪਹਿਲੇ ਤਾਂ ਅੰਡੇ ਲਾਥੇ ਹੁੰਦੀ ਵਾਲਾ, ਹੁਣ ਇਹ ਕਰਨ ਦੀ ਪਈ ਵੇ ਕੁਰੀਸ। ਇਹ ਜਿਹੜੇ ਵੇਲੇ ਕੁਰੀਸ ਕਰਦੇ ਨਾ ਬਿਲਕੁਲ ਠੀਕ ਓਕੇ ਥੀ ਸੀ ਨਾ, ਬਾਅਦ ਨਾ ਇਹ ਮੁਰਗੀ ਮੇਰੀ ਅੰਡੇ ਲਏ ਸੀ ਅਤੇ ਫਿਲਹਾਲ ਹੀ ਤਾਂ ਕੋਈ ਅੰਡੇ ਛੰਡੇ ਦੇਵਣ ਦਾ ਪ੍ਰੋਗਰਾਮ ਕਹਿ ਨਹੀਂ ਥਿਆ ਖੜਾ, ਠੀਕ ਹੈ। ਖਾਲੀ ਅੰਡੇ ਛੰਡੇ ਕਹਿ ਨਹੀਂ ਦਿੰਦੀ ਪਈ, ਤਾਂ ਜਿਹੜੇ ਵੇਲੇ ਕੁਰੀਸ ਕਰਦੇ ਬਿਲਕੁਲ ਠੀਕ ਥੀ ਹੈ ਨਾ, ਬਾਅਦ ਅੰਡੇ ਦੇਤੇ। ਅਤੇ ਛੋਟੀਆਂ ਮੁਰਗੀਆਂ ਸਾਰੀਆਂ ਮੇਰੀਆਂ ਠੀਕ ਵਜਨ ਵਿੱਚ, ਤਾਂ ਇਹ ਟਰਕੀਆਂ। ਅਤੇ ਅੱਜ ਯਾਰ ਮੈਂ ਆਪਣੇ ਹੁੰਡਾ ਕੋ ਨਾ ਪਾਣੀ ਮਾਰ ਅਤੇ VAP ਕਰਤੇ ਨਾ ਹੀ ਕੋਈ ਸਫਾਈ ਕੀਤੀ ਹੈ ਇਹਦੀ, ਕਿਉਂਕਿ ਬਹੁਤ ਖਰਾਬ ਥਿਆ ਵਧਾ ਢੇਰ ਸਾਰੇ ਡੀਂਹ ਥੀਗਾ ਨਹੀਂ ਕੋ ਮੈਂ ਕੋਈ ਸਫਾਈ ਇਹਦੀ ਕਹਿਣਾ ਕਿ ਅਤੇ ਅੱਜ ਹੀ ਕੋ ਮੈਂ ਸਰਫ ਮਾਰ ਅਤੇ ਪਾਣੀ ਮਾਰ ਅਤੇ ਬਿਲਕੁਲ ਨਾ ਓਕੇ ਕਿਚਮ ਸੀ ਓਕੇ। ਅਤੇ ਮੁਰਗੀਆਂ ਦੇਖੋ ਸਾਰੀਆਂ ਇੱਥਾਂ ਨਲਕੇ 'ਤੇ ਆ ਵੇਂਦੀਆਂ, ਅਤੇ ਇੱਥਾਂ ਜਿਹੜਾ ਨਾ ਥੋੜ੍ਹੇ ਜਿਹੇ ਕੋਈ ਚਾਵਲ ਵਗੈਰਾ ਬੱਚੇ ਸੱਚੇ ਇਹ ਖੰਭਿਆਂ ਰਹਿ ਵੇਂਦੀਆਂ ਇੱਥਾਂ ਨਲਕੇ 'ਤੇ ਆ ਵੇਂਦੀਆਂ। ਅਤੇ ਇਹ ਮੇਰੀ ਟਰਕੀ ਖੜੀ ਹੋਈ ਅਤੇ ਹੁੰਡਾ ਅੱਜ ਕਿਵੇਂ ਚਿਮਕਦਾ, ਪਰ ਰਿਜ਼ਲਟ VAP ਹੈ ਜਿਹੜਾ ਨਾ ਸਰਫ ਨਾਲ ਸਵੇਲੇ ਸਵੇਲੇ ਹੀ ਕੋਈ ਉੱਠੀ ਅਤੇ ਮੈਂ ਧੋਤੇ। ਅਤੇ ਮਾਸ਼ਾਅੱਲਾ ਇਹ ਜਿਹੜੀਆਂ ਮੁਰਗੀਆਂ ਹਨ ਸਾਰੀਆਂ ਸਾਰਿਆਂ ਠੀਕ ਵਜਨ, ਜਾਂ ਕੁਝ ਮੁਰਗੀਆਂ ਨਾ ਮੈਨੂੰ ਬਾਹਰ ਨਿਕਲ ਵੇਂਦੀਆਂ ਜਿਹਨੇ ਕੋਈ ਜਾਂ ਬਿਮਾਰੀ ਖਰਾਬ ਹੈ। ਤਾਂ ਹੁਣ ਇਹ ਦੇਖੋ ਇਹ ਵਜਨ ਥਿਆ, ਪਤਾ ਨਹੀਂ ਇਹਨੇ ਕੋਈ ਕੁਛ ਚਾਤੀ ਵੇਸੀ ਅਤੇ ਕੁੱਤੇ ਆਉਂਦੇ ਪਰਾਏ ਪਰਾਏ ਇਹਨੇ ਕੋਈ ਚਾਹਤੇ ਵੇਂਦਨ ਵੱਲੋਂ ਵੇ ਮਰਕਾ ਕਿੱਡੇ ਵਜਿਆ ਉੱਥੇ। ਤਾਂ ਇਹ ਦੇਖੋ ਇਹ ਇੱਥਾਂ ਕਿ ਆ ਵੇਂਦੇ ਨਾ ਪਿੱਛੇ ਇਹਨੇ ਕੋਈ ਨਾ ਕੁੱਤੇ ਚਾਹ ਵੇਂਦਨ ਅਤੇ ਵਾਲਾ ਮਸਲਾ ਬਣਦਾ ਯਾਰ। ਅਤੇ ਮਾਸ਼ਾਅੱਲਾ ਬੀਆਂ ਜਿਹੜੀਆਂ ਹਨ ਸਾਰੀਆਂ ਠੀਕ ਵਜਨ, ਤੁਸਾਂ ਵੀ ਕਮੈਂਟ ਦੇ ਵਿੱਚ ਦੱਸਿਆ ਕਰੋ ਅਤੇ ਤੁਹਾਡੇ ਸ਼ੌਂਕ ਕਿਵੇਂ ਰਹਿੰਦੇ ਪਾਣ, ਤਾਂ ਕਿੰਝਾ ਸ਼ੌਂਕ ਕੀਤੀ ਖੜੋ, ਕਿਆ ਕੀਤੀ ਖੜੋ। ਅਤੇ ਫਿਰ ਸਾਰੀਆਂ ਮੁਰਗੀਆਂ ਨਾ ਫਿਲਹਾਲ ਤਾਂ ਅਲਹਮਦੁਲਿਲਾ ਬਿਲਕੁਲ ਠੀਕ ਵਜਨ, ਤਾਂ ਇਹਨਾਂ ਕੋਲ ਖਪਾਵਣ ਦਾ ਹਾਲੀ ਕੋਈ ਇਰਾਦਾ ਕਰਨੀ ਜਿਹੜੇ ਵੇਲੇ ਕੁਝ ਵਧੀਆ ਸੀਗੀਆਂ ਨਾ ਵਲਾ ਅੱਖਾਂ ਪੈਸਾ। ਅਤੇ ਮੇਰੀ ਮਸ਼ੀਨ 'ਤੇ ਜਦੋਂ ਮੇਰਾ ਦੁਕਾਨ ਹੈ ਉੱਥਾਂ ਕਰ ਮੈਂ ਮੁਰਗੀਆਂ ਸ਼ੁਰਗੀਆਂ ਰੱਖੀ ਖੜਾ, ਅਗਰ ਕਹੀਂ ਵਿਰਾ ਕੋਈ ਮੁਰਗੀਆਂ ਖੱਪਣ ਕੋਈ ਕੋਹਣ ਦੇ ਵਾਸਤੇ ਗਿਨੇ ਜਾਂ ਕੋਈ ਧਾਰੀ ਦੇ ਵਾਸਤੇ ਗਿਨੇ, ਤਾਂ ਮੁਰਗੀਆਂ ਮੇਰੇ ਕੋਲ ਹੁੰਦੀਆਂ ਪਿਆ ਰਹਿੰਦੀਆਂ। ਮੁਰਗੀਆਂ ਅਤੇ ਕਬੂਤਰ ਕਹੀਂ ਵੀ ਵਿਰਾ ਕੋਈ ਖੱਪਣ ਤਾਂ ਮੇਰੇ ਨਾਲ ਰਾਬਤਾ ਕਰਤੇ ਮੁਰਗੀਆਂ ਸ਼ੁਰਗੀਆਂ, ਤੁਸੀਂ ਮੈਂ ਇੱਕ ਨੂੰ ਗਿਨ ਸਕਦੇ ਹੋ, ਕਿਉਂਕਿ ਮੇਰੇ ਦੁਕਾਨ 'ਤੇ ਨਾ ਮੁਰਗੀਆਂ ਢੇਰ ਸਾਰੀਆਂ ਮੈਂ ਰੱਖੀ ਖੜਾ। ਜਿਹੜੇ ਵਿਰਾ ਕੋਈ ਖੱਪਣ ਦਾ ਉਹ ਗਿਣ ਸਕਦੇ ਮੇਰੇ ਨਾਲ ਰਾਬਤਾ ਕੀਤਾ ਕਰੋ। ਅਤੇ ਇਹ ਵੀਡੀਓ ਦਾ ਕਦੇ ਵੀ ਐਂਡ ਵਾਲਾ ਮਿਲ ਸਕੇ ਨੈਕਸਟ ਵੀਡੀਓ ਦੇ ਉੱਤੇ, ਤੁਹਾਨੂੰ ਵਿਰਾ ਕੋਈ ਇਜਾਜ਼ਤ, ਅੱਲਾ ਹਾਫਿਜ਼। ਅਤੇ ਕਬੂਤਰੀਆਂ ਨੂੰ ਮੈਂ ਕੱਢ ਗਿਆ ਨਾ ਬਾਹਰ ਅਤੇ ਬਾਅਦ ਕਰਨ ਨੂੰ ਅੱਲਾ ਹਾਫਿਜ਼, ਠੀਕ ਹੈ। ਜੋ ਵਿਰਾ ਇਹਨਾਂ ਦਾ ਨਾ ਛੋਟੇ ਜਿਹੜੇ ਡੂ ਬੱਚੇ ਇਕੱਠੇ ਥੇ ਨਾ, ਮੇਰੇ ਕੋਲ ਲੱਗਦੇ ਡੂਹੇ ਬੱਚੇ ਠੀਕ ਠਾਕ ਹਨ, ਸਿਹਤਮੰਦ ਹਨ, ਬੈਠਣ ਦਾ ਡੂਹੇ ਹੀ ਕਬੂਤਰੀ ਦੇ। ਬਿਆਨ ਜਿਹੜੀਆਂ ਨਾ ਉਹ ਅੰਡੀਆਂ ਦੇ ਬੈਠੇ ਜਾਂ ਉਹਨਾਂ ਦੇ ਬੱਚੇ ਨਿਕਤੇ ਕਹਿੰਦੀ, ਤਾਂ ਉਹ ਵੀ ਬਹੁਤ ਜਲਦੀ ਨਿਕਲਣ ਵਾਲੇ ਨੇ, ਠੀਕ ਹੈ। ਬਾਏ ਬਾਏ।